ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਬੋਹੜੂ ਵਿਖੇ ਜ਼ਿਲ੍ਹਾ ਪੱਧਰੀ ਕੈਂਪ ਲਗਾਇਆ ਗਿਆ। ਇਹ ਕੈਂਪ ਆਜ਼ਾਦੀ ਦੇ 75ਵੇਂ ਅੰਮ੍ਰਿਤ ਮਹਾਉਤਸਵ ਤੇ ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ ਦੀਆਂ ਹਿਦਾਇਤਾਂ ਤੇ ਲਗਾਇਆ ਗਿਆ। ਜ਼ਿਲ੍ਹਾ ਸੈਸ਼ਨ ਜੱਜ ਅਤੇ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀਮਤੀ ਹਰਪ੍ਰੀਤ ਕੌਰ ਰੰਧਾਵਾ ਮੁੱਖ ਮਹਿਮਾਨ ਸਨ ਅਤੇ ਉਹਨਾਂ ਨੇ ਕੈਂਪ ਦੀ ਸ਼ੁਰੂਆਤ ਕੀਤੀ। ਕੈਂਪ ਦੌਰਾਨ ਦਿਵਿਆਂਗਾਂ ਵਿੱਚ ਵ੍ਹੀਲਚੇਅਰਸ ਅਤੇ ਵਿਧਵਾਵਾਂ ਵਿੱਚ ਸਿਲਾਈ ਮਸ਼ੀਨਾਂ ਵੀ ਵੰਡੀਆਂ ਗਈਆਂ। ਕੈਂਪ ਦੌਰਾਨ ਲੋਕਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਬਾਰੇ ਵੀ ਜਾਗਰੂਕ ਕੀਤਾ ਗਿਆ। ਸਿਵਲ ਜੱਜ ਸੀਨੀਅਰ ਡਿਵੀਜ਼ਨ ਪੁਸ਼ਪਿੰਦਰ ਸਿੰਘ, ਜਸਵਿੰਦਰ ਸਿੰਘ ਸਮੇਤ ਕਈ ਲੋਕ ਮੌਜੂਦ ਸਨ। ਅੱਜ ਅਸੀਂ ਮੈਗਾ ਲੀਗਲ ਸਰਵਿਸਿਜ਼ ਕੈਂਪ ਲਗਾਇਆ ਜੀ। ਅੱਜ ਲੀਗਲ ਸਰਵਿਸਿਜ਼ ਡੇ ਹੈ, 9th November 2021। ਅਸੀਂ ਸਾਰੀ ਆਮ ਜਨਤਾ ਨੂੰ, ਪੂਰੇ ਜਿਹੜੇ ਪਿੰਡ ਨੇ ਸਾਡੇ ਬਾਰਡਰ ਦੇ ਨਾਲ ਲੱਗਦੇ, ਅਸੀਂ ਉੱਥੇ ਆਏ ਹਾਂ। ਅੱਜ ਅਸੀਂ ਇੱਥੇ ਲੀਗਲ ਅਵੇਅਰਨੈਸ ਕੈਂਪ ਲਗਾਇਆ, ਜਿਹੜੀਆਂ ਗਵਰਨਮੈਂਟ ਦੀਆਂ ਡੇ ਟੂ ਡੇ ਸਕੀਮਸ ਆਉਂਦੀਆਂ ਉਹਨਾਂ ਬਾਰੇ ਦੱਸਣਾ, ਜਿਹੜੀ ਲੀਗਲ ਸਰਵਿਸਿਜ਼ ਦੇ ਰਹੇ ਹਾਂ ਅਸੀਂ, ਉਹਦੇ ਬਾਰੇ ਵੀ ਲੋਕਾਂ ਨੂੰ ਜਾਗਰੂਕ ਕਰਨਾ। ਇਹਦੇ 'ਚ ਹਰ ਤਰ੍ਹਾਂ ਦੀ ਸਰਵਿਸ ਹੈ। ਕਿਸੇ ਨੂੰ ਪੰਜਾਬ ਸਰਕਾਰ ਦੀ ਕੋਈ ਸਕੀਮ ਹੈ, ਉਹਦੇ ਲਾਭ ਨਹੀਂ ਮਿਲ ਰਹੇ ਹੈ, ਜਾਂ ਕਿਸੇ ਨੂੰ ਲੀਗਲ ਏਡ ਨਹੀਂ ਮਿਲ ਰਹੀ ਹੈ, ਅਸੀਂ ਸਾਰਾ ਕੁਝ ਇਹਦੇ 'ਚ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਹਦੇ ਬਾਰੇ ਦੇਖੋ ਜੀ, ਅਸੀਂ ਇੱਕ ਤਾਂ ਇੱਥੇ ਕੈਂਪ ਲਗਾਇਆ, ਸਾਡੇ ਸੀਜੀਐਮ ਸਾਹਿਬ ਵੀ ਇੱਥੇ ਨੇ, ਅੱਜ DLSA ਦੇ, ਮੇਰਾ ਵੀ ਆਫਿਸ ਹੈਗਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਦਾ, ਬੀਇੰਗ ਚੇਅਰਪਰਸਨ ਮੈਨੂੰ ਵੀ ਅਪਰੋਚ ਕੀਤਾ ਜਾ ਸਕਦਾ। ਬਾਕੀ DLSA ਜੱਜ ਸਾਹਿਬ, ਸੀਜੀਐਮ ਸਾਹਿਬ ਦਾ ਆਫਿਸ ਵੀ ਬਿਲਕੁਲ ਨਾਲ ਹੈਗਾ, ਉਹਨਾਂ ਨੂੰ ਵੀ ਅਪਰੋਚ ਕੀਤਾ ਜਾ ਸਕਦਾ। ਕਾਫੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਜੀ, ਜਿੱਦਾਂ ਕਿ ਆਪਾਂ ਦੇਖ ਰਹੇ ਹਾਂ ਕਿ ਕਾਫੀ ਜ਼ਿਆਦਾ ਅਸੀਂ ਸਟਾਲਸ ਲਗਾਏ ਨੇ, ਜਿਹੜੀਆਂ ਗਵਰਨਮੈਂਟ ਦੀਆਂ ਡਿਫਰੈਂਟ ਸਕੀਮਸ ਨੇ। ਅਸੀਂ ਫ੍ਰੀ ਲੀਗਲ ਏਡ ਵੀ ਦੇਣ ਨੂੰ ਇੱਥੇ ਕੈਂਪ ਲਗਾਇਆ ਹੋਇਆ, ਅਤੇ ਸਾਨੂੰ ਪੂਰੀ ਉਮੀਦ ਹੈ ਕਿ ਮੈਕਸੀਮਮ ਲੋਕਾਂ ਨੂੰ ਲਾਭ ਦਿਆਂਗੇ, ਬਿਲਕੁਲ ਲੱਗਣਗੇ ਜੀ। ਅਸੀਂ ਜ਼ਿਆਦਾ ਤੋਂ ਜ਼ਿਆਦਾ ਜਿਹੜੀ ਹੈ ਉਹ ਲੀਗਲ ਅਵੇਅਰਨੈਸ ਲੋਕਾਂ 'ਚ ਫੈਲਾਵਾਂਗੇ। ਜਿਵੇਂ ਕਿ ਤੁਹਾਨੂੰ ਪਤਾ ਕਿ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਚੱਲ ਰਿਹਾ 2 ਅਕਤੂਬਰ ਤੋਂ ਲੈ ਕੇ 14 ਨਵੰਬਰ ਤੱਕ, ਸੋ ਉਹਦੇ ਵਿੱਚ ਅਸੀਂ ਡਿਫਰੈਂਟ ਜਿਹੜੀਆਂ ਐਕਟੀਵਿਟੀਜ਼ ਪਹਿਲਾਂ ਵੀ ਕਰ ਚੁੱਕੇ ਹਾਂ, ਅਤੇ ਅੱਜ ਬਹੁਤ ਹੀ ਇੰਪੋਰਟੈਂਟ ਐਕਟੀਵਿਟੀ ਇੱਥੇ ਹੈਗੀ ਹੈ ਜੀ। ਅੰਮ੍ਰਿਤਸਰ ਦੇ